ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਭ ਦਾ ਸਵੇਰ ਦੀਆਂ ਮੁੱਖ ਖਬਰਾਂ ਦੇ ਐਪੀਸੋਡ ਦੇ ਵਿੱਚ। ਆਓ ਗੱਲ ਕਰਦੇ ਹਾਂ ਪੰਜਾਬ ਦੀਆਂ ਮੁੱਖ ਖਬਰਾਂ ਦੀ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਪਹਿਲੀ ਖਬਰ ਜੋ ਇਸ ਵੇਲੇ ਆ ਰਹੀ ਦੋਸਤੋ ਕਿ 14 ਅਪ੍ਰੈਲ ਤੋਂ ਬਾਅਦ ਸਕੂਲ ਕਾਲਜ ਖੁੱਲ੍ਹਣਗੇ ਜਾਂ ਨਹੀਂ, ਸਮੀਖਿਆ ਤੋਂ ਬਾਅਦ ਹੀ ਲਿਆ ਜਾਵੇਗਾ ਕੋਈ ਫੈਸਲਾ। ਅਗਲੀ ਖਬਰ ਦੋਸਤੋ, ਭਾਈ ਨਿਰਮਲ ਸਿੰਘ ਦੇ ਪੁੱਤਰ ਅਤੇ ਭਤੀਜੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਗੱਲਬਾਤ, ਦਿੱਤਾ ਭਰੋਸਾ। ਪੰਜਾਬ ਵਿੱਚ ਨਹੀਂ ਰੁਕ ਰਿਹਾ ਅਜੇ ਵੀ ਸੰਕਟ ਦਾ ਕਹਿਰ। ਲੁਧਿਆਣਾ ਵਿੱਚ ਇੱਕ ਹੋਰ ਔਰਤ ਦੀ ਗਈ ਜਾਨ। ਕਿਸਾਨਾਂ ਨੂੰ ਪ੍ਰਤੀ ਕੁਇੰਟਲ ਕਣਕ 'ਤੇ ਮਿਲੇਗਾ 200 ਰੁਪਏ ਦਾ ਬੋਨਸ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਤੋਹਫ਼ਾ। ਟਰੰਪ ਨੂੰ ਨਰਿੰਦਰ ਮੋਦੀ ਨੇ ਦਿੱਤਾ ਭਰੋਸਾ, ਮਦਦ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਪੰਜਾਬੀ ਅਖਬਾਰਾਂ ਲਈ ਆਇਆ ਸੰਕਟ ਦਾ ਸਮਾਂ। ਆਸਟ੍ਰੇਲੀਆ ਦੇ ਵਿੱਚ ਬੰਦ ਹੋ ਗਏ 60 ਅਖਬਾਰ। ਕੋਰੋਨਾ ਸੰਕਟ ਨਾਲ ਜੂਝ ਰਹੇ ਨਿਊਯਾਰਕ USA ਨੂੰ ਚੀਨ ਨੇ ਦਾਨ ਵਿੱਚ ਦਿੱਤੇ 1000 ਵੈਂਟੀਲੇਟਰ। ਮੋਦੀ ਨੇ ਮਨਮੋਹਨ ਸਿੰਘ, ਸੋਨੀਆ ਗਾਂਧੀ, ਪ੍ਰਣਬ ਮੁਖਰਜੀ ਸਮੇਤ ਵੱਡੇ ਆਗੂਆਂ ਨਾਲ ਇਸ ਸੰਕਟ ਤੋਂ ਬਚਣ ਲਈ ਕੀਤੀ ਚਰਚਾ। ਲੋਕਡਾਊਨ ਵਿੱਚ ਤੇਜ਼ੀ ਨਾਲ ਵਧਣ ਲੱਗੇ ਮਾਨਸਿਕ ਤਣਾਅ ਦੇ ਮਾਮਲੇ, ਦੇਖੋ ਪੂਰੀ ਖਬਰ। ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਹਾਲਤ ਬੇਹੱਦ ਖਤਰਨਾਕ। ਸੰਕਟ ਵਿੱਚ ਮਰੀਜ਼ਾਂ ਦੇ ਵਧਣ ਦੀ ਗਿਣਤੀ ਨੂੰ ਲੈ ਕੇ ਚਿੰਤਾ। ਸਿਹਤ ਮੰਤਰੀ ਦਾ ਆਇਆ ਵੱਡਾ ਬਿਆਨ, ਥੁੱਕ ਨਾਲ ਵੀ ਫੈਲ ਸਕਦਾ ਹੈ ਇਹ ਸੰਕਟ। ਇਹ ਸਨ ਦੋਸਤੋ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ। ਹੁਣ ਗੱਲ ਕਰਦੇ ਹਾਂ ਵਿਸਥਾਰ ਨਾਲ। ਜੋ ਪਹਿਲੀ ਖਬਰ ਇਸ ਸਮੇਂ ਦੀ ਆ ਰਹੀ ਹੈ ਕਿ 14 ਅਪ੍ਰੈਲ ਤੋਂ ਬਾਅਦ ਸਕੂਲ ਕਾਲਜ ਖੁੱਲ੍ਹਣਗੇ ਜਾਂ ਨਹੀਂ, ਸਮੀਖਿਆ ਤੋਂ ਬਾਅਦ ਹੀ ਕੋਈ ਲਿਆ ਜਾਵੇਗਾ ਫੈਸਲਾ। HRD ਮਨਿਸਟਰ ਰਮੇਸ਼ ਪੋਖਰੀਵਾਲ ਨਿਸ਼ਾਂਕ ਨੇ ਕਿਹਾ ਕਿ ਸਰਕਾਰ 14 ਅਪ੍ਰੈਲ ਨੂੰ ਸੰਕਟ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਫੈਸਲਾ ਲਵੇਗੀ ਕਿ ਕਾਲਜ ਖੁੱਲ੍ਹਣਗੇ ਜਾਂ ਨਹੀਂ। ਇੱਥੇ ਦੱਸ ਦਈਏ ਕਿ 14 ਅਪ੍ਰੈਲ ਨੂੰ 21 ਦਿਨਾਂ ਦਾ ਲੋਕਡਾਊਨ ਖਤਮ ਹੋਣ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਕੋਈ ਵੀ ਸੰਕੇਤ ਨਹੀਂ ਮਿਲ ਰਹੇ ਕਿ ਲੋਕਡਾਊਨ ਨੂੰ ਅੱਗੇ ਕਰ ਦਿੱਤਾ ਜਾਵੇਗਾ। ਵਿੱਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਣ 'ਤੇ ਪੋਖਰੀਵਾਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਅਧਿਆਪਕਾਂ ਦੀ ਸੁਰੱਖਿਆ ਸਰਕਾਰ ਲਈ ਸਭ ਤੋਂ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਇਹ ਸੁਨਿਸ਼ਚਿਤ ਕਰਨ ਲਈ ਤਿਆਰ ਹਾਂ ਕਿ ਜੇ ਸਕੂਲ ਕਾਲਜ 14 ਅਪ੍ਰੈਲ ਤੋਂ ਬਾਅਦ ਬੰਦ ਰਹੇ ਤਾਂ ਵਿਦਿਆਰਥੀਆਂ ਦਾ ਕੋਈ ਵਿੱਦਿਅਕ ਨੁਕਸਾਨ ਨਾ ਹੋਵੇ। ਅਗਲੀ ਖਬਰ ਦੋਸਤੋ, ਭਾਈ ਨਿਰਮਲ ਸਿੰਘ ਜੀ ਦੇ ਪੁੱਤਰ ਅਤੇ ਭਤੀਜੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਗੱਲਬਾਤ, ਦਿੱਤਾ ਭਰੋਸਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਹਜ਼ੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਪੁੱਤਰ ਅਤੇ ਭਤੀਜੇ ਨਾਲ ਗੱਲਬਾਤ ਕੀਤੀ ਅਤੇ ਭਾਈ ਸਾਹਿਬ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ। ਉਹਨਾਂ ਭਰੋਸਾ ਦਿੱਤਾ ਕਿ ਪਰਿਵਾਰ ਦੇ ਜਿਹੜੇ ਮੈਂਬਰ ਵੀ ਪੀੜਿਤ ਹਨ ਉਹਨਾਂ ਦੇ ਇਲਾਜ 'ਚ ਸਰਕਾਰ ਵੱਲੋਂ ਪੂਰੀ ਤਰ੍ਹਾਂ ਨਾਲ ਸਹਾਇਤਾ ਦਿੱਤੀ ਜਾਵੇਗੀ। ਅਗਲੀ ਖਬਰ ਦੋਸਤੋ, ਪੰਜਾਬ ਵਿੱਚ ਨਹੀਂ ਰੁਕ ਰਿਹਾ ਸੰਕਟ ਦਾ ਕਹਿਰ। ਲੁਧਿਆਣਾ ਵਿੱਚ ਇੱਕ ਹੋਰ ਔਰਤ ਦੀ ਗਈ ਜਾਨ। ਪੰਜਾਬ ਵਿੱਚ ਇਹ ਸੰਕਟ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਾ ਰਿਹਾ ਹੈ। ਅਜਿਹੀ ਸਥਿਤੀ ਦੇ ਵਿੱਚ ਲੁਧਿਆਣਾ ਦੀ ਔਰਤ ਦੀ ਵੀ ਇੱਕ ਜਾਨ ਚਲੀ ਗਈ ਹੈ, ਜਿਸ ਨਾਲ ਪੰਜਾਬ ਦੇ ਸੰਕਟ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਜਦੋਂ ਕਿ ਸੰਕਟ ਵਿੱਚ ਸਾਰੇ ਪੰਜਾਬ ਵਿੱਚ ਲੋਕਾਂ ਦੀ ਗਿਣਤੀ 3000 ਤੋਂ ਵੀ ਪਾਰ ਚਲੇਗੀ। ਦੱਸਿਆ ਜਾ ਰਿਹਾ ਕਿ ਸੰਕਟ ਨਾਲ ਮਰਨ ਵਾਲੀ ਔਰਤ ਸ਼ਿਮਲਾਪੁਰੀ ਲੁਧਿਆਣਾ ਦੀ ਵਸਨੀਕ ਸੀ ਅਤੇ 31 ਮਾਰਚ ਨੂੰ ਉਸ ਨੂੰ ਲੁਧਿਆਣਾ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਕਈ ਦਿਨਾਂ ਤੱਕ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਵੀ ਔਰਤ ਦੀ ਅੱਜ ਜਾਨ ਚਲੀ ਗਈ ਹੈ। ਦੱਸਿਆ ਜਾ ਰਿਹਾ ਕਿ ਔਰਤ 69 ਸਾਲਾਂ ਦੀ ਸੀ। ਅਗਲੀ ਵੱਡੀ ਖਬਰ ਦੋਸਤੋ, ਕਿਸਾਨਾਂ ਨੂੰ ਪ੍ਰਤੀ ਕੁਇੰਟਲ ਕਣਕ 'ਤੇ ਮਿਲੇਗਾ 200 ਰੁਪਇਆ ਬੋਨਸ। ਪੂਰੇ ਦੇਸ਼ ਦੇ ਵਿੱਚ ਸੰਕਟ ਦੇ ਕਾਰਨ ਲੋਕਡਾਊਨ ਕੀਤਾ ਗਿਆ ਹੈ। ਇਸੇ ਲੋਕਡਾਊਨ ਦੇ ਦੌਰਾਨ ਪੰਜਾਬ ਸਰਕਾਰ ਇਸ ਵਾਰ ਕਿਸਾਨਾਂ ਦੇ ਲਈ ਇੱਕ ਹੋਰ ਸਕੀਮ ਲੈ ਕੇ ਆਈ ਹੈ, ਜਿਸ ਦੇ ਤਹਿਤ ਘਰਾਂ ਦੇ ਵਿੱਚ ਕਣਕ ਦਾ ਭੰਡਾਰ ਕਰਨ ਵਾਲੇ ਕਿਸਾਨਾਂ ਨੂੰ ਬੋਨਸ ਦਿੱਤਾ ਜਾਵੇਗਾ। ਕੇਂਦਰ ਸਰਕਾਰ ਦੇ ਵੱਲੋਂ ਵੀ ਇਸ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਇਹ ਬੋਨਸ ਉਹਨਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜਿਹੜੇ ਕਿਸਾਨ ਕੁਝ ਸਮੇਂ ਲਈ ਕਣਕ ਨੂੰ ਆਪਣੇ ਘਰਾਂ ਦੇ ਵਿੱਚ ਭੰਡਾਰ ਬਣਾ ਕੇ ਰੱਖਣਗੇ। ਚੱਲ ਰਹੇ ਲੋਕਡਾਊਨ ਦੇ ਕਾਰਨ ਇਸ ਵਾਰ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਦੀ ਜਗ੍ਹਾ 'ਤੇ 15 ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਲਈ ਕਿਸਾਨ 1 ਮਈ ਤੋਂ 31 ਮਈ ਤੱਕ ਖਰੀਦ ਕੇਂਦਰਾਂ ਦੇ ਵਿੱਚ ਕਣਕ ਦੀ ਫਸਲ ਲੈ ਕੇ ਆਉਣਗੇ। ਇਸ 'ਤੇ ਉਹਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਮਗਰ ਵਾਧੂ ਬੋਨਸ ਦਿੱਤਾ ਜਾਵੇਗਾ। ਸਰਕਾਰ ਵੱਲੋਂ ਪਹਿਲਾਂ 100 ਰੁਪਇਆ ਬੋਨਸ ਸੁਨਿਸ਼ਚਿਤ ਕੀਤਾ ਗਿਆ ਸੀ, ਪਰ ਹੁਣ ਫੈਸਲਾ ਕੀਤਾ ਗਿਆ ਕਿ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਦੇ ਪਿੱਛੇ 200 ਰੁਪਏ ਦਾ ਇਨਵੈਸਟ ਦਿੱਤਾ ਜਾਵੇਗਾ। ਅਗਲੀ ਵੱਡੀ ਖਬਰ ਦੋਸਤੋ, ਟਰੰਪ ਨੂੰ ਨਰਿੰਦਰ ਮੋਦੀ ਨੇ ਦਿੱਤਾ ਭਰੋਸਾ, ਮਦਦ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਸੰਕਟ ਵਿੱਚ ਘਿਰੇ ਅਮਰੀਕੀ ਰਾਸ਼ਟਰਪਤੀ ਦੀ ਦਵਾਈ ਦੇ ਆਰਡਰ ਦੀ ਪੂਰਤੀ ਕਰਨ ਦੀ ਅਪੀਲ 'ਤੇ
ਭਾਰਤ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਦੇਸ਼ ਹੋਣ ਦੇ ਨਾਤੇ ਜਿੰਨਾ ਹੋ ਸਕਿਆ ਅਸੀਂ ਮਦਦ ਕਰਾਂਗੇ। ਭਾਰਤ ਨੇ ਅਮਰੀਕਾ ਨੂੰ ਸਪਸ਼ਟ ਤੌਰ 'ਤੇ ਦੱਸਿਆ ਕਿ ਅਸੀਂ ਆਪਣੇ 1.30 ਅਰਬ ਆਬਾਦੀ ਨੂੰ ਸੰਕਟ ਮਹਾਂਮਾਰੀ ਤੋਂ ਸੁਰੱਖਿਅਤ ਕਰਨ ਤੋਂ ਬਾਅਦ ਹੀ ਸੰਕਟ ਦੇ ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ ਲਈ ਟੈਬਲੇਟਸ ਦੀ ਪੂਰਤੀ ਕਰਾਂਗੇ। ਇਸ ਟੈਬਲੇਟ ਦਾ ਨਾਮ ਹਾਈਡਰੋਕਸਾਈਕਲੋਰਕਿਨ ਹੈ। ਦੱਸ ਦਈਏ ਕਿ ਅਮਰੀਕਾ ਨੇ ਇਸੇ ਟੈਬਲੇਟ ਦੀ ਮੰਗ ਕੀਤੀ ਹੈ ਅਤੇ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਤੁਹਾਡੀ ਮਦਦ ਤੋਂ ਪਿੱਛੇ ਨਹੀਂ ਹਟਾਂਗੇ, ਜਿੰਨਾ ਹੋ ਸਕਿਆ ਮਦਦ ਕਰਾਂਗੇ। ਅਗਲੀ ਖਬਰ ਦੋਸਤੋ, ਪੰਜਾਬੀ ਅਖਬਾਰਾਂ ਲਈ ਸੰਕਟ ਦਾ ਸਮਾਂ। ਆਸਟ੍ਰੇਲੀਆ ਦੇ ਵਿੱਚ ਬੰਦ ਹੋ ਗਏ 60 ਅਖਬਾਰ। ਇਸ਼ਤਿਹਾਰ ਛਾਪ ਕੇ ਹੀ ਤਾਂ ਖਰਚਾ ਪੂਰਾ ਕੀਤਾ ਜਾ ਸਕਦਾ, ਇਸ਼ਤਿਹਾਰ ਕਿੱਥੋਂ ਲੈਣ ਅਖਬਾਰਾਂ। ਪੰਜਾਬੀ ਅਖਬਾਰਾਂ ਦੇ ਸਮੇਂ ਬਹੁਤ ਹੀ ਸੰਕਟ ਚੱਲ ਰਿਹਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ 60 ਪੰਜਾਬੀ ਅਖਬਾਰ ਬੰਦ ਕਰ ਦਿੱਤੇ ਗਏ ਹਨ ਅਤੇ ਪੰਜਾਬ ਦੇ ਵਿੱਚ ਵੀ ਅਖਬਾਰਾਂ ਦੇ ਚੱਲਣ 'ਤੇ ਕਿੰਤੂ ਪਰੰਤੂ ਚੱਲ ਰਿਹਾ। ਅੱਗੇ ਇਸ ਦਾ ਫੈਸਲਾ ਅਜੇ ਤੱਕ ਨਹੀਂ ਆਇਆ ਹੈ। ਅਖਬਾਰਾਂ ਦੇ ਚੱਲਣ ਨਾ ਚੱਲਣ 'ਤੇ ਜਦੋਂ ਵੀ ਕੋਈ ਫੈਸਲਾ ਆਵੇਗਾ ਦੱਸ ਦਿੱਤਾ ਜਾਵੇਗਾ। ਅਗਲੀ ਵੱਡੀ ਖਬਰ ਦੋਸਤੋ, ਸੰਕਟ ਨਾਲ ਜੂਝ ਰਹੇ USA ਨੂੰ ਅਮਰੀਕਾ ਨੂੰ ਚੀਨ ਨੇ ਦਾਨ ਵਿੱਚ ਦਿੱਤੇ 1000 ਵੈਂਟੀਲੇਟਰ। ਅਮਰੀਕਾ ਵਿੱਚ ਸੰਕਟ ਦਾ ਕੇਂਦਰ ਰਹੇ ਨਿਊਯਾਰਕ ਨੂੰ ਚੀਨ ਨੇ 1000 ਵੈਂਟੀਲੇਟਰ ਦਾਨ ਵਿੱਚ ਦਿੱਤੇ ਹਨ। ਨਿਊਯਾਰਕ ਸੰਕਟ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸ਼ਹਿਰਾਂ ਵਿੱਚੋਂ ਇੱਕ ਹੈ। ਇੱਥੇ ਸੰਕਟ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਵਿੱਚ ਕੰਮ ਕਰਨ ਵਾਲੇ ਮੈਡੀਕਲ ਉਪਕਰਣਾਂ ਦੀ ਕਮੀ ਹੋ ਗਈ ਹੈ। ਇਸ ਸ਼ਹਿਰ ਵਿੱਚ ਸੰਕਟ ਪੀੜਤਾਂ ਦੀ ਗਿਣਤੀ 1,00,000 ਤੋਂ ਪਾਰ ਹੋ ਗਈ ਹੈ। ਨਾਲ ਹੀ ਦੱਸ ਦਈਏ ਕਿ ਇੱਥੇ 3,500 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਨਿਊਯਾਰਕ ਦੇ ਰਾਜਪਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਨਿਊਯਾਰਕ ਨੇ ਫੈਡਰਲ ਸਰਕਾਰ ਨੂੰ 17,000 ਵੈਂਟੀਲੇਟਰਾਂ ਦੀ ਸਪਲਾਈ ਕਰਨ ਦੇ ਆਦੇਸ਼ ਦਿੱਤੇ ਹਨ। ਉਹਨਾਂ ਕਿਹਾ ਕਿ ਅਮਰੀਕਾ ਦੇ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਇਸ ਦੇ ਕਾਰਨ ਵੈਂਟੀਲੇਟਰ, ਦਸਤਾਨੇ, ਮਾਸਕ ਵਰਗੀਆਂ ਚੀਜ਼ਾਂ ਦੀ ਮੰਗ ਸਾਡੇ ਕੋਲ ਵੱਧ ਰਹੀ ਹੈ। ਇੱਥੇ ਦੱਸਣ ਯੋਗ ਗੱਲ ਹੈ ਦੋਸਤੋ ਕਿ ਅਮਰੀਕਾ ਦੇ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ ਜੋ ਕੁੱਲ ਹੈ 3,12,000 ਤੱਕ ਪਹੁੰਚ ਗਈ ਹੈ। ਅਗਲੀ ਖਬਰ ਦੋਸਤੋ, ਨਰਿੰਦਰ ਮੋਦੀ ਨੇ ਮਨਮੋਹਨ ਸਿੰਘ, ਸੋਨੀਆ ਗਾਂਧੀ, ਪ੍ਰਣਬ ਮੁਖਰਜੀ ਸਮੇਤ ਵੱਡੇ ਆਗੂਆਂ ਨਾਲ ਕੀਤੀ ਚਰਚਾ। ਸੰਕਟ ਖਿਲਾਫ਼ ਜੰਗ ਵਿੱਚ PM ਮੋਦੀ ਸਭ ਦਾ ਸਾਥ, ਸਭ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਲਈ ਉਹ ਸਰਬ ਪਾਰਟੀ ਬੈਠਕ ਤੋਂ ਪਹਿਲਾਂ ਹੀ ਸਾਰੀਆਂ ਸਿਆਸੀ ਧਿਰਾਂ ਦੇ ਨਾਲ ਚਰਚਾ ਵਿੱਚ ਜੁਟ ਗਏ ਹਨ। PM ਮੋਦੀ ਨੇ ਐਤਵਾਰ ਨੂੰ 2 ਸਾਬਕਾ ਰਾਸ਼ਟਰਪਤੀਆਂ ਅਤੇ 2 ਸਾਬਕਾ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਵਿਰੋਧੀ ਧਿਰ ਦੇ ਕਈ ਵੱਡੇ ਨੇਤਾਵਾਂ ਨਾਲ ਇਸ ਸੰਕਟ 'ਤੇ ਚਰਚਾ ਕੀਤੀ। PM ਮੋਦੀ ਨੇ ਸੰਕਟ ਖਿਲਾਫ਼ ਚੱਲ ਰਹੀ ਜੰਗ ਦੌਰਾਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਤਿਭਾ ਪਾਟਿਲ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਗੱਲਬਾਤ ਕੀਤੀ। PM ਮੋਦੀ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਨਾਲ ਹੋਰ ਵੀ ਭਾਰਤ ਦੇ ਵੱਡੇ ਵੱਡੇ ਨੇਤਾਵਾਂ ਨਾਲ ਚਰਚਾ ਕੀਤੀ ਹੈ। ਸੰਕਟ ਦੇ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਲਈ PM ਮੋਦੀ ਨੇ 8 ਅਪ੍ਰੈਲ ਨੂੰ ਸਰਬ ਪਾਰਟੀ ਮੀਟਿੰਗ ਸੱਦੀ ਹੈ। ਅਗਲੀ ਵੱਡੀ ਖਬਰ ਦੋਸਤੋ, ਲੋਕਡਾਊਨ ਦੇ ਵਿੱਚ ਤੇਜ਼ੀ ਨਾਲ ਵਧਣ ਲੱਗੇ ਮਾਨਸਿਕ ਤਣਾਅ ਦੇ ਮਾਮਲੇ। ਸੰਕਟ ਦੀ ਇਨਫੈਕਸ਼ਨ ਕਾਰਨ ਜਾਰੀ ਦੇਸ਼ ਵਿਆਪੀ ਲੋਕਡਾਊਨ ਦੌਰਾਨ ਮਾਨਸਿਕ ਤਣਾਅ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਵੱਖ ਵੱਖ ਸੂਬਿਆਂ ਦੇ ਵਿੱਚ ਇਸ ਦੇ ਕਾਰਨ ਘੱਟ ਤੋਂ ਘੱਟ 1 ਦਰਜਨ ਲੋਕਾਂ ਨੇ ਆਪਣੀ ਜਾਨ ਖੁਦ ਹੀ ਦੇ ਦਿੱਤੀ ਹੈ। ਕੇਰਲ ਵਿੱਚ ਤਾਂ 7 ਲੋਕ ਲੋਕਡਾਊਨ ਕਾਰਨ ਸ਼ਰਾਬ ਨਾ ਮਿਲਣ ਸੰਬੰਧੀ ਤਣਾਅ ਕਾਰਨ ਜਾਨ ਦੇ ਚੁੱਕੇ ਹਨ। ਕਈ ਦੂਸਰੇ ਸੂਬਿਆਂ ਤੋਂ ਵੀ ਅਜਿਹੀਆਂ ਹੀ ਖਬਰਾਂ ਆ ਰਹੀਆਂ ਹਨ। ਕਮਾਈ ਠੱਪ ਹੋਣ ਨਾਲ ਤਣਾਅ ਵਿੱਚ ਹਨ ਤਾਂ ਕੋਈ ਲਗਾਤਾਰ ਘਰ ਵਿੱਚ ਬੰਦ ਰਹਿਣ ਕਾਰਨ, ਕਿਸੇ ਨੂੰ ਭਵਿੱਖ ਦੀ ਚਿੰਤਾ ਸਤਾ ਰਹੀ ਹੈ ਅਤੇ ਕਿਸੇ ਨੂੰ ਕਰੀਅਰ ਦੀ। ਇਹੋ ਕਾਰਨ ਹੈ ਹਸਪਤਾਲਾਂ ਦੇ ਮਾਨਸਿਕ ਰੋਗ ਵਿਭਾਗ ਵਿੱਚ ਅਜਿਹੇ ਮਰੀਜ਼ਾਂ ਦੀਆਂ ਲਾਈਨਾਂ ਲੰਬੀਆਂ ਹੀ ਹੁੰਦੀਆਂ ਜਾ ਰਹੀਆਂ ਹਨ। ਅਗਲੀ ਭਿਆਨਕ ਖਬਰ ਦੋਸਤੋ, ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਹਾਲਤ ਬੇਹੱਦ ਖਤਰਨਾਕ। ਪੰਜਾਬ ਦੇ ਵਿੱਚ ਸੰਕਟ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੈ, ਜਦਕਿ ਪੂਰੇ ਸੂਬੇ ਦੇ ਵਿੱਚ 65 ਲੋਕ ਇਸ ਬਿਮਾਰੀ ਨਾਲ ਸੰਕਰਮਿਤ ਹਨ। ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਭਾਵੇਂ ਸੰਕਰਮਿਤ ਲੋਕਾਂ ਦੀ ਗਿਣਤੀ ਘੱਟ ਹੈ, ਪਰ ਇੱਥੋਂ ਦੀ ਮੌਤ ਦਰ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿੱਚ ਮੌਤ ਦਰ ਪੂਰੇ ਦੇਸ਼ ਤੋਂ 3 ਗੁਣਾ ਜ਼ਿਆਦਾ ਹੈ। ਇਸ ਪਿੱਛੇ ਕਈ ਕਾਰਨ ਨਿਕਲ ਕੇ ਸਾਹਮਣੇ ਆ ਰਹੇ ਹਨ। ਸਭ ਤੋਂ ਵੱਧ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਅਤੇ ਤਾਮਿਲਨਾਡੂ, ਦੋਵਾਂ 'ਚ 400 ਤੋਂ ਵੱਧ ਮਾਮਲੇ ਹਨ, ਜਦਕਿ ਮੌਤ ਦਰ 5% ਤੋਂ ਹੇਠਾਂ ਹੈ। ਇਸ ਨੂੰ ਦੇਖਦਿਆਂ ਮਾਹਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਮੌਤ ਦਰ ਦਾ 5% ਹੋਣਾ ਸਿਹਤ ਸਹੂਲਤਾਵਾਂ ਦੀ ਵਿਗੜਦੀ ਸਥਿਤੀ ਵੱਲ ਇਸ਼ਾਰਾ ਕਰ ਰਿਹਾ ਹੈ। ਅਗਲੀ ਖਬਰ ਦੋਸਤੋ, ਸਿਹਤ ਮੰਤਰੀ ਦਾ ਵੱਡਾ ਬਿਆਨ, ਥੁੱਕ ਨਾਲ ਵੀ ਫੈਲ ਸਕਦਾ ਹੈ ਕੋਰੋਨਾ। ਦੇਸ਼ ਦੇ ਵਿੱਚ ਸੰਕਟ ਦੀ ਸਥਿਤੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਐਤਵਾਰ ਨੂੰ ਕਿਹਾ ਕਿ ਇਸ ਘਾਤਕ ਚੀਜ਼ ਨਾਲ ਹੁਣ ਤੱਕ 79 ਲੋਕਾਂ ਦੀ ਜਾਨ ਜਾ ਚੁੱਕੀ ਹੈ। ਵਿਭਾਗ ਦੇ ਸੰਯੁਕਤ ਸੈਕਟਰੀ ਲਵ ਅਗਰਵਾਲ ਨੇ ਇੱਕ ਬਿਆਨ ਵਿੱਚ ਕਿਹਾ
ਕਿ ਉਹ ਥੁੱਕ ਕੇ ਕਰੋਨਾ ਵਾਇਰਸ ਫੈਲ ਸਕਦਾ ਹੈ। ਸੰਯੁਕਤ ਸਕੱਤਰ ਨੇ ਦੱਸਿਆ ਕਿ ਭਾਰਤ ਵਿੱਚ ਹੁਣ ਤੱਕ ਕੁੱਲ 3374 ਕੇਸ ਸਾਹਮਣੇ ਆ ਚੁੱਕੇ ਹਨ। ਕੱਲ੍ਹ ਤੋਂ 472 ਨਵੇਂ ਕੇਸ ਸਾਹਮਣੇ ਆਏ ਹਨ ਅਤੇ 79 ਲੋਕਾਂ ਦੀ ਜਾਨ ਜਾਣ ਦੀ ਖਬਰ ਵੀ ਮਿਲੀ ਹੈ। ਹਾਲਾਂਕਿ ਇਸ ਬਿਮਾਰੀ ਤੋਂ 267 ਵਿਅਕਤੀ ਠੀਕ ਹੋ ਚੁੱਕੇ ਹਨ, ਪਰ ਫਿਰ ਵੀ ਇਹ ਸੰਕਟ ਅਜੇ ਵੀ ਸਾਡੇ ਦੇਸ਼ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਸਨ ਦੋਸਤੋ ਹੁਣ ਤੱਕ ਦੀਆਂ ਪੰਜਾਬ ਦੀਆਂ ਮੁੱਖ ਖਬਰਾਂ। ਨਾਲ ਹੀ ਸਾਡਾ ਅੱਜ ਦਾ ਖਬਰਾਂ ਦਾ ਐਪੀਸੋਡ ਖਤਮ ਹੁੰਦਾ ਹੈ। ਅਗਲਾ ਐਪੀਸੋਡ ਲੈ ਕੇ ਜਲਦੀ ਤੁਹਾਡੇ ਤੱਕ ਪੇਸ਼ ਹੋਵਾਂਗੇ। ਤਦ ਤੱਕ ਦੇ ਲਈ ਰੱਬ ਰਾਖਾ।